फिलौर के नज़दीकी पिंड सेलकियाणा के रहने वाले एक व्यक्ति ने अपने ही चाचे उपर पिंड विच नशा बेचण अते उसकी कोठी की भन तोड़ करन अते जानो मारन के गंभीर दोष लगाए ने। इस संबंधी गलबात करदिया सुरिंदरपाल उर्फ रॉक ने दस्या कि वह सिद्धू मूसे वाले का बौंसर है तो मॉडलिंग का काम भी करता है तो उसकी चाची पिंड की सरपंच है तो उसका चाचा पिंड विच नशे बेच रहा है तो पूरे पिंड के नौजवानों नूं उसने नशे ते लाया होया है। उसने कहा कि उसके चाचे ने उसनूं नशे ते लगा दिता सी ते जो उसने विरोध किया तो उसने उसके घर से हमला करके घर में जम के तोड़फोड़ की थी। उन्होंने इस मामले संबंधी फिलौर पुलिस को शिकायत देते इंसाफ की गुहार लगाई है। मैं बाउंसर हाँ सर किधर सिद्धू मूसे वाले जी मेरी वीडियो भी आईया मैं पहला मॉडलिंग भी करता सी सर। अच्छा जी ठीक है जी सर तो मेरे ना बहुत ज़्यादा बहुत अत्याचार होया जी मेरा घर वढ़ दिता देखिया इधर भी ताखियां वढ़ हुई माता का मंदिर भी वढ़ होया ਉਹ ਵੀ ਵੱਡ ਹੋਇਆ ਤੇ ਜਿਹੜੀ ਐਲ ਸੀ ਡੀਆਂ ਜਿਹੜੀ ਮੇਰੀ ਲੱਗੀ ਸੀ ਵੱਡਿਆ ਤੁਹਾਡਾ ਘਰ ਇਹ ਜੀ ਸਰਪੰਚ ਨੇ ਵੱਡਿਆ ਸਿਲਕਿਆਂ ਦੇ ਗੁਰਦਾਵਰ ਸਿੰਘ ਨੇ ਜੀ। ਅੱਛਾ ਜੀ ਠੀਕ ਕਾਰਨ ਰਿਹਾ ਕਾਰਨ ਇਹੀ ਰਿਹਾ ਜੀ ਇਹਨਾਂ ਨੇ ਕਿਸੇ ਨਾਲ ਲੜਾਈ ਹੋਈ ਸੀ ਕਹਿੰਦਾ ਆਪਾਂ ਉੱਤੇ ਵਿਰੋਧੀ ਪਰਚਾ ਦੇਣਾ ਹੈ ਜੀ ਠੀਕ ਹੈ ਜੀ ਉਸ ਪਰਚੇ ਤੇ ਇਹਨਾਂ ਨੇ ਮੇਰਾ ਘਰ ਵੜਤਾ ਪਰ ਮੈਂ ਘਰ ਹੈ ਵੀ ਨਹੀਂ ਸੀ। ਅੱਛਾ ਜੀ ਨਾ ਮੇਰੇ ਮਾਂ ਆ ਨਾ ਪੇ ਆ ਮੈਨੂੰ ਵੀ ਖਰੀਦ ਲਿਆ ਜੀ ਦੇਖ ਲਓ ਜੀ ਇਹਨਾਂ ਨੇ ਇੱਦਾਂ ਦੇ ਬੰਦੇ ਆ ਜੀ। ਅੱਛਾ ਜੀ ਇਹ ਬੰਦਾ ਪੁਲਿਸਾਂ ਦੀ ਉਹਨੂੰ ਖਰੀਦ ਲੈਂਦੇ ਮੇਰੀ ਕੱਲ੍ਹ ਦੀ ਦਰਖਾਸਤ ਪਈ ਹੈ ਜੀ ਚੌਂਕੀ ਸਰਪੰਚ ਨਾਲ ਕੀ ਰੰਜਿਸ਼ ਆ ਤੁਹਾਡੀ ਸਰਪੰਚ ਨੇ ਕਿਉਂ ਤੁਹਾਡੇ ਤੇ ਇੱਕ ਤਾਂ ਜੀ ਮੇਰਾ ਸੱਗਾ ਚਾਚਾ ਲੱਗਦਾ। ਅੱਛਾ ਜੀ ਮੈਂ ਇਕੱਲਾ ਇਕੱਲਾ ਆ। ਅੱਛਾ ਜੀ ਮੈਂ ਮਰ ਗਿਆ ਮੇਰੀ ਕੋਠੀ ਉੱਦੇ ਲੈ ਲਓ ਮੈਨੂੰ ਮਾਰ ਕੇ ਵੀ ਲੈਣੀ ਹੈ ਤੁਸੀਂ। ਅੱਛਾ ਜੀ ਠੀਕ ਹੈ ਜੀ ਮੈਂ ਤਾਂ ਉੱਦੇ ਦੇਣ ਨੂੰ ਤਿਆਰ ਆ ਜੀ ਆਪਦੇ ਮੈਂ ਹੱਥ ਜੋੜ ਕੇ ਤੁਹਾਡੇ ਮੀਡੀਆ ਸਾਹਮਣੇ ਬੇਨਤੀ ਕਰਦਾ ਆ ਮੈਂ ਮੇਰੀ ਕੋਠੀ ਫ੍ਰੀ ਦਿੰਦਾ ਮੈਂ ਇੰਨੇ ਇੰਨੇ ਬੰਦੇ ਆ ਕੇ ਸੁਣਦੇ ਆ ਤੁਸੀਂ ਮੈਨੂੰ ਮਾਰਨ ਦੀ ਜ਼ਰੂਰਤ ਨਹੀਂ ਸੀ ਕੋਠੀ ਲੈ ਲਓ ਮੇਰਾ ਲੈ ਜਾਓ ਸਰ। ਕੰਮ ਕੀ ਕਰਦੇ ਤੁਹਾਡੇ ਸਰਪੰਚ ਸਾਹਿਬ? ਸਰਪੰਚ ਸਾਹਿਬ ਚਿੱਟਾ ਦੇ ਦੇ ਜੀ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਆ ਵੀ ਜਿਹੜੀ ਮੇਰੀ ਕੋਠੀ ਆ ਜਾਂ ਤਾਂ ਉਹਨੂੰ ਦੇ ਦਿਓ ਜਾਂ ਤਾਂ ਫਿਰ ਮੈਨੂੰ ਇਹਦਾ ਹਰਜਾਨਾ ਭਰਵਾ ਦਿਓ। ਬਸ ਮੈਂ ਇਹ ਮੰਗਦਾ ਇੱਕ ਮੈਨੂੰ ਇਹ ਵੀ ਮੈਨੂੰ ਮਾਰਨ ਦਾ ਖਤਰਾ ਜੀ ਮੈਨੂੰ ਮਾਰ ਸਕਦਾ ਹੈ। ਉਧਰ ਇਸ ਬਾਬਤ ਜਦੋਂ ਸੁਰਿੰਦਰਪਾਲ ਦੇ ਚਾਚੇ ਗੋਦਾਵਰੀ ਲਾਲ ਅਤੇ ਉਸਦੀ ਪਤਨੀ ਸਰਪੰਚ ਸੀਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਸਦਾ ਭਤੀਜਾ ਸੁਰਿੰਦਰਪਾਲ ਉਰਫ ਰੌਕ ਖੁਦ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਵੇਚਦਾ ਹੈ। ਉਹਨਾਂ ਜਦੋਂ ਉਸ ਕੋਲੋਂ ਪੈਸੇ ਨਹੀਂ ਹੁੰਦੇ ਤਾਂ ਉਹ ਪੈਸੇ ਮੰਗਦਾ ਹੈ ਅਤੇ ਨਾ ਦੇਣ 'ਤੇ ਗਾਲੀ ਗਲੋਚ ਕਰਦਾ ਹੈ। ਮੇਰਾ ਭਤੀਜਾ ਹੈ ਜੀ ਇਹ ਨਸ਼ੇ ਵੇਚਦਾ ਆ ਨਸ਼ਾ ਪੀਂਦਾ ਆ ਠੀਕ ਹੈ ਜੀ ਆਪਣੇ ਘਰ ਦਾ ਸਮਾਨ ਆਪੇ ਹੀ ਵੇਚ ਜਾਂਦਾ ਹੈ ਇਹ ਸਾਡੇ ਕੋਲੋਂ ਇੱਦਾਂ ਨਾ ਸਮਾਨ ਭੰਨ ਤੋੜ ਕਰ ਕਰਕੇ ਰੋਜ਼ ਪੈਸੇ ਮੰਗਦਾ ਜੀ ਮੈਂ ਅਸੀਂ ਪੈਸੇ ਨਹੀਂ ਦਿੰਦੇ ਹਾਂ ਅਤੇ ਇਹ ਮੇਰੇ 'ਤੇ ਆਰੋਪ ਲਾਉਂਦਾ ਇਹੋ ਜਿਹਾ ਮੇਰੇ 'ਤੇ ਕੋਈ ਪਰਚਾ ਹੈ ਨਹੀਂ ਅੱਜ ਤੱਕ ਕੋਈ। ਤੁਸੀਂ ਪਹਿਲਾਂ ਕੀ ਕਰਦੇ ਸੀ? ਮੈਂ ਪਹਿਲਾਂ ਜੀ BSF ਵਿੱਚ ਮੈਂ 14 ਸਾਲ ਲੱਗ ਗਿਆ ਜੀ ਇਹ ਮੇਰੇ 'ਤੇ ਆਰੋਪ ਇਸ ਕਰਕੇ ਲਾਉਂਦਾ ਹੈਗਾ ਜੀ ਇਹਦੇ ਕੋਲ ਖਰਚਾ ਪਾਣੀ ਹੈ ਨਹੀਂ ਆ ਖਰਚੇ ਤੋਂ ਟੁੱਟਿਆ ਜੀ ਨਸ਼ਾ ਕਰਦਾ ਹੈ ਨਸ਼ਾ ਵੇਚਦਾ ਵੀ ਆ ਨਸ਼ਾ ਕਰਦਾ ਇਹ ਜਿਹੜਾ ਭੰਨ ਤੋੜ ਦੀ ਗੱਲ ਕਰਦਾ ਜੀ ਇਹ ਅੱਜ ਤੋਂ 2 ਸਾਲ ਪਹਿਲਾਂ ਲੜਾਈ ਹੋਈ ਸੀਗੀ ਸਾਡੀ ਇਹਦੀ ਭੈਣ ਦੇ ਕਰਕੇ ਠੀਕ ਹੈ ਜੀ ਉਹ ਦੂਸਰੀ ਧਿਰ ਇਹਨਾਂ ਦੇ ਘਰ ਆ ਕੇ ਭੰਨ ਤੋੜ ਕਰਕੇ ਗਏ ਸੀ ਜੀ ਉਹ ਜਿਹੜਾ ਭੰਨ ਤੋੜਦਾ ਇਹ ਮੇਰੇ 'ਤੇ ਪਾਈ ਜਾਂਦਾ ਜੀ DSP ਰਾਏ ਸਾਹਿਬ ਇਹਦੀ ਇਨਕੁਆਇਰੀ ਕਰਕੇ ਗਏ ਸੀ ਉਹ ਵੀਡੀਓ ਵਿੱਚ ਲੱਗੀ ਹੋਈ ਹੈ ਦੇਖੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਸੱਚ ਦਾ ਸੱਚ ਅਤੇ ਝੂਠ ਦਾ ਝੂਠ ਜੋ ਵੀ ਹੈਗਾ ਸਾਨੂੰ ਇਨਸਾਫ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਇਹਦੀ ਇਨਕੁਆਇਰੀ ਕਰੋ। इस सारे मामले संबंधी जो DSP फिलौर हरलीन सिंह नाल गलबात की तो उन्होंने कहा कि यह परिवारक झगड़ा है तो उक्त मामला उन्होंने ध्यान में है। उन्होंने कहा कि पूरे मामले की गंभीरता नाल जांच की जा रही है। सर एक केलकियाणे तो नौजवान आ दोष लगा रहे भी जिहड़ा उसका चाचा वह पिंड का सरपंच है भी शरेआम जिहड़ा पिंड दे विच चिट्टा बेचिया जा रहा है ये जिहड़ी गल पिंड सेलकियाणे दी हैगी आ पिंड दे सरपंच ते उहदे भतीजे दे विचकार हैगा एक दूजे के नाल इन्हां दी तकरारबाजी चलती आ ते जिस दे संबंध में असी जिहड़ी हैगी आ तफ्तीश साडी चल रही आ जो भी इहदे विच दोषी पाया गया उहदे खिलाफ जिहड़ी आ कानूनी कार्रवाई की जाऊगी ਇਹਦੇ ਨਾਲ ਨਾਲ ਅਸੀਂ ਜਿਹੜਾ ਇਹਨਾਂ ਦਾ ਪਰਿਵਾਰਕ ਪੱਖ ਆ ਉਹਨੂੰ ਵੀ ਦੇਖ ਰਹੇ ਹਾਂ ਕਿ ਕਿੰਨੀ ਸੱਚਾਈ ਆ ਤੇ ਕਿੰਨਾ ਇਹਦੇ ਵਿੱਚ